ਜ਼ੁਲਮ ਦੇ ਖਿਲਾਫ ਰਹੇ ਨੇ। ਇਹੋ ਲੋਕ ਨੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਨੀਹਾਂ ਵਿੱਚ ਚੜਿਆ ਹੈ, ਇਹੋ ਲੋਕ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਦਾਰੀਆਂ ਕੀਤੀਆਂ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਕੋਈ ਕਹਿਣ ਵਾਲਾ ਗੱਲ ਸਟੇਜ ਤੇ ਕਹਿੰਦਾ ਨਹੀਂ ਤੇ ਕਿਤੇ ਵੀ ਨਹੀਂ ਕਹਿੰਦਾ। ਦਿਲਾਂ ਦੀ ਗੱਲ ਤੁਸੀਂ ਸੋਚ ਲਈ, ਪੜ ਲਈ, ਕਰ ਲਈ, ਮੈਂ ਉਸ ਗੱਲ ਤੇ ਨਹੀਂ ਜਾਣਾ। ਲੇਕਿਨ ਤਿੰਨ ਗੱਲਾਂ ਜ਼ਰੂਰ ਯਾਦ ਰੱਖਿਓ ਜੀ, ਇਹ ਲੋਕ ਜੋ ਕਹਿੰਦੇ ਨੇ ਝੂਠ, ਇਹਨਾਂ ਦੀ ਕਿਸੇ ਗੱਲ ਦਾ ਇਤਮਾਦ ਨਹੀਂ ਕਰਨਾ। ਮੈਂ ਆਪਣੇ 15 ਸਾਲ ਜੀਵਨ ਦੇ ਬੰਬਈ ਦੇ ਵਿੱਚ ਇਹਨਾਂ ਗੁਜਰਾਤੀਆਂ ਨਾਲ ਇਕੱਠੇ ਨੇ, ਮੈਂ ਇਹਨਾਂ ਤੋਂ ਜ਼ਿਆਦਾ ਜਾਣਦਾ। ਇਹ ਆਪਣੀਆਂ ਮਾਵਾਂ ਭੈਣਾਂ ਦੀਆਂ ਧੀਆਂ ਦੀਆਂ ਕਸਮਾਂ ਖਾ ਕੇ ਵੀ ਮੁੱਕਰ ਜਾਂਦੇ ਨੇ। ਜਿਹੜੀ ਪਰਸੋਂ ਇੱਕ ਗੱਲ ਹੋਈ ਸੀ, ਮੈਂ ਵਧਾਈ ਦੇਣਾ ਚਾਹੁੰਦਾ ਜਥੇਬੰਦੀਆਂ ਨੂੰ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ। ਜਦ ਇਹ ਕਿਹਾ ਸੀ ਅਮਿਤ ਸ਼ਾਹ ਨੇ ਕਿ ਗਰਾਊਂਡ ਚ ਆ ਜਾਓ ਤੇ ਨਿਰੰਕਾਰੀਆਂ ਦੇ ਉੱਥੇ ਬਹਿ ਕੇ ਗੱਲ ਕਰੋ, ਤੁਸੀਂ ਬਹੁਤ ਚੰਗਾ ਕੀਤਾ ਕਿ ਤੁਸੀਂ ਨਹੀਂ ਗਏ, ਕਿਉਂਕਿ ਇਹਨਾਂ ਦੀ ਕਿਸੇ ਵੀ ਗੱਲ ਦਾ ਯਕੀਨ ਨਹੀਂ ਕਰਨਾ। ਔਰ ਮੈਂ ਹੁਣ ਇੱਕ ਗੱਲ ਹੋਰ ਕਹਿਣੀ ਹੈ, ਜਦ ਧੀਆਂ ਭੈਣਾਂ ਅਹਿਮਦ ਸ਼ਾਹ ਬਟਾਲੀਆ ਤੋਂ ਲੈ ਜਾਂਦਾ ਸੀ ਹਿੰਦੁਸਤਾਨ ਤੋਂ, ਉੱਥੇ ਟਗੇ ਟਗੇ ਸਰ ਵਿਕਦੀਆਂ ਸੀ, ਅਸੀਂ ਬਚਾਈਆਂ ਨੇ ਪੰਜਾਬੀਆਂ ਨੇ। ਔਰ ਮੈਂ ਆਪਣੇ ਲੀਡਰਾਂ ਨੂੰ ਦਿੱਲੀ ਦਰਬਾਰ ਚ ਵਿਕਦੇ ਦੇਖਿਆ, ਆਪਣੀ ਅੱਖਾਂ ਦੇ ਸਾਹਮਣੇ ਦੇਖਿਆ, ਬੋਲੀ ਲੱਗਦੀ ਸੀ ਉੱਥੇ ਟਕੇ ਦੀ। ਦਿੱਲੀ ਦਰਬਾਰ ਦੇ ਵਿੱਚ ਹਰ ਲੀਡਰ ਦੀ ਬੋਲੀ ਲੱਗਦੀ 5 ਕਰੋੜ, 10 ਕਰੋੜ, 15 ਕਰੋੜ, 20 ਕਰੋੜ। ਸਾਡੇ ਲਾਗੂਆਂ ਨੇ, ਸਾਡੇ ਲੀਡਰਾਂ ਨੇ ਸਾਡੇ ਨਾਲ ਧੋਖਾ ਕੀਤਾ, ਇਹ ਤੁਹਾਨੂੰ ਵੀ ਪਤਾ ਹੈ। ਉਹਨਾਂ ਨੇ ਅਸੀਂ ਵੋਟਾਂ ਉਹਨਾਂ ਨੂੰ ਪਾਈਆਂ, ਖੜਾ ਕੀਤਾ, ਉਹਨਾਂ ਨੇ ਜਾ ਕੇ ਕਿਸਾਨਾਂ ਦੀ ਹਿੱਕ ਚ ਛੁਰਾ ਫੜਵਾਇਆ। ਮੈਂ ਪੁੱਛਣਾ ਚਾਹੁੰਦਾ, ਜਦ ਬਿੱਲ ਪਾਸ ਹੋ ਰਿਹਾ ਸੀ, ਤੁਸੀਂ ਸਾਰੇ ਉੱਥੇ ਪਾਰਲੀਮੈਂਟ ਚ ਕੀ ਕਰ ਰਹੇ ਸੀ? ਜਦ ਕਿਸਾਨਾਂ ਦੀ ਹਿੱਕ ਦੇ ਵਿੱਚ ਵਰਤੋਂ ਮਾਰਨ ਦੀ ਤਿਆਰੀ ਹੋ ਰਹੀ ਸੀ, ਤੁਸੀਂ ਉੱਥੇ ਕੀ ਕਰ ਰਹੇ ਸੀ? ਤੁਸੀਂ ਆਪ ਲੈ ਕੇ ਬਿੱਲ ਪਾਸ ਕਰਾਇਆ, ਤੁਸੀਂ ਆਪ ਪੰਜਾਬ ਦੇ ਕਿਸਾਨਾਂ ਦੇ ਹਿੱਕ ਦੇ ਵਿੱਚ ਵਰਤੋਂ ਕੱਢਿਆ, ਇਹਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਚਾਹੀਦੀ ਹੈ। ਮੈਂ ਲਾਸਟ ਦੇ ਵਿੱਚ ਇਹ ਗੱਲ ਕਹਿਣੀ ਹੈ, ਚਾਹੁੰਦੇ ਵਸਦੇ ਰਹੋ, ਚੜ੍ਹਦੀ ਕਲਾ ਕਰੋ, ਅਡਾਨੀ ਨੂੰ ਇਸ